ਮੈਚ ਚੱਲ ਰਹੇ ਹੈ ਉਹ ਜਲਦੀ ਦੇ ਨਾਲ ਪੁੱਜਣ ਬਾਈ ਜੀ ਸੈਮੀਫਾਈਨਲ ਸ਼ੁਰੂ ਹੋ ਚੁੱਕੇ ਹੈ ਲਓ ਰਵੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧ ਚੁੱਕੇ ਆ ਔਰ ਦੂਸਰੇ ਪਾਸੇ ਵੇਖਾਂਗੇ ਵੀ ਚਿੱਟੀ ਵਾਲਾ ਗੱਭਰੂ ਜੋਗਾ ਯੂਕੇ ਵਾਲਾ ਕਹਿੰਦਾ ਦੀਪਾ ਜਿੰਨੇ ਜੱਫੇ ਲਾਊ ਹਰ ਜੱਫੇ ਦਾ 2000 ਹੋਵੇਗਾ ਲੈ ਵੀ ਦੀਪਿਆ ਹਰ ਜੱਫੇ ਦਾ 2000 ਇਧਰ ਸਾਡਾ ਵੀਰ ਯੋਧਾ ਯੂਕੇ ਵਾਲਾ ਕਹਿੰਦਾ ਵੀ 2000 ਦਿੱਤਾ ਜਾਵੇਗਾ ਲਓ ਧਾਵੀ ਦੀ ਪਈ ਰੇਡ ਤੇ ਹੁਣ ਦੇਖਾਂਗੇ ਸੰਦੀਪ ਕਬੱਡੀ ਪਾਉਣ ਦੇ ਲਈ ਵੱਧ ਚੁੱਕੇ ਹੈ ਉਧਰ ਚੌ ਜਾਫੀਆਂ ਵਿੱਚੋਂ ਆ ਦੇਖੋ ਬਈ ਨੌਜਵਾਨ ਜਿੰਦਰ ਇਹ ਆ ਡਫਰ ਦੇ ਕਬੱਡੀ ਕੱਪ ਦਾ ਬੈਸਟ ਮੇਰੇ ਵੀਰ ਜਿੰਦਰ ਜਿਹਨੇ ਹੁਣ ਜਫਾ ਲਾਇਆ ਲਓ ਸਾਹਮਣੇ ਸੀਪਾ ਕਬੱਡੀ ਪਾਉਣ ਦੇ ਵਾਸਤੇ ਵੱਧ ਚੁੱਕੇ ਹੈ ਲਓ ਸੀਪੇ ਦੀ ਕਬੱਡੀ ਹੈ ਇਹ ਆ ਸਾਡੇ ਯਾਰਾਂ ਦੇ ਪਿੰਡ ਦਾ ਨੌਜਵਾਨ ਖਿਡਾਰੀ ਹਰਪ੍ਰੀਤ ਸਿੰਘ ਜੀ ਹੈਪੀ ਲੁੱਖਾ ਸਾਡਾ ਵੀਰ ਮਾਨਕਪੁਰ ਦੀ ਟੀਮ ਦੇ ਵਾਸਤੇ ਇੱਕ ਸਾਹ ਦੇ ਮਾਨ ਸਨਮਾਨ ਅਜੂਗੀ ਵੀਰ ਫੜ ਪੈਸੇ ਮਾਨਕਪੁਰ ਦੀ ਟੀਮ ਨੂੰ ਪੁੱਜਦੇ ਕਰਦੀ ਲਓ ਜੀ ਉਧਰਲੇ ਪਾਸੇ ਵੇਖੋ ਹਾਂਜੀ ਕਾਲੇ ਰੈਫਰੀ ਵਾਸਤੇ 100 ਰੁਪਇਆ ਯੋਧਾ ਯੱਟ ਸਾਡਾ ਵੀਰ ਯੂਕੇ ਵਾਲਾ ਇਹ ਉਧਰਲੇ ਪਾਸੇ ਕਾਲੇ ਰੈਫਰੀ ਵਾਸਤੇ ਲੈ ਵੀ ਕਾਲਿਆ ਆਹ ਪੁਆਇੰਟ ਤੋਂ ਬਾਅਦ ਜੁਗੀ ਤੇ ਕੋਲੋਂ ਆਪਣੇ ਪੈਸੇ ਜਿਹੜੇ ਫੜ ਲੈਣੇ ਹੈ ਬਹੁਤ ਬਹੁਤ ਧੰਨਵਾਦ ਹੈ ਲਓ ਪ੍ਰਤਾਪ ਪੁਆਇੰਟ ਲੈ ਕੇ ਵਾਪਸ ਜਾਂਦਾ ਆਪਣੀ ਟੀਮ ਦੇ ਵਾਸਤੇ ਹੈ ਲੈ ਵੀ ਜੁਗੀ ਸੀ ਹੈ ਉਧਰ ਕਾਲੇ ਦੇ ਮਾਇਆ ਦੇ ਗੱਫੇ ਪੁੱਜਦੇ ਕਰਦੇ ਨੇ ਹੈ ਹਾਂਜੀ ਬਾਜੀ ਸ਼ੀਤਲ ਸਿੰਘ ਜੀ ਕੈਨੇਡਾ ਵਾਲੇ ਮਾਨਕਪੁਰ ਦੀ ਟੀਮ ਦੇ ਵਾਸਤੇ 200 ਦੇ ਮਾਇਆ ਦੇ ਗੱਫੇ ਪੁੱਜਦੇ ਕਰਦੇ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਵੇਖੋ ਰਵੀ 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 ਪੁਆਇੰਟ ਲੈ ਕੇ ਵਾਪਸ ਜਾਂਦਾ ਆ ਮਾਨਕਪੁਰ ਦੀ ਟੀਮ ਦੇ ਵਾਸਤੇ ਹੈ ਚੱਲ ਵੀ ਸੋਹਣਿਆ ਪਾ ਵੀ ਕਬੱਡੀ ਨੌਜਵਾਨ ਹੈ ਕੋਈ ਭਰੇ ਉਡਾਰੀ ਬਾਜ ਬਾਂਗਰਾ ਕੋਈ ਪਾਵੇ ਭੁਲੇਖਾ ਸ਼ੇਰ ਦਾ ਜੀ ਸੱਪ ਮੇਲ ਦਾ ਕਿਸੇ ਦੀ ਹਿੱਕ ਉੱਤੇ ਕੋਈ ਚੀਤੇ ਵਾਂਗ ਸ਼ਿਕਾਰ ਨੂੰ ਘੇਰਦਾ ਜੀ ਠੰਡਾ ਜੱਚਦਾ ਕਿਸੇ ਦੇ ਗੁੰਦਵੇਂ ਸਰੀਰ ਉੱਤੇ ਵੱਖਰਾ ਨਜ਼ਾਰਾ ਕਿਸੇ ਦੀ ਰੇੜਦਾ ਜੀ ਲਓ ਮੇਰੇ ਵੀਰਿਓ ਹੈਪੀ ਕੜਿਆਣਾ ਕੋਈ ਫੜ ਹਵਾਵਾਂ ਵਿੱਚ ਕੈਦ ਕਰਦਾ ਯਾਰੋ ਤੇ ਕੋਈ ਮੁੱਖ ਮੋੜਦਾ ਆਏ ਹਨੇਰਦਾ ਜੀ ਲਓ ਇਧਰਲੇ ਪਾਸੇ ਵੇਖੋ ਵੀ ਲੱਗਿਆ ਮਾਨਕਪੁਰੀਏ ਗੱਭਰੂ ਦਾ ਜਫਾ ਪੁਆਇੰਟ ਜੋ ਹੈ ਸਟਾਪਰ ਦੇ ਵਾਸਤੇ ਹੈ ਚਰਮਲ ਸਿੰਘ ਜੀ ਮਾਨਕਪੁਰ ਦੀ ਟੀਮ ਦੇ ਵਾਸਤੇ 200 ਦੇ ਮਾਇਆ ਦੇ ਗੱਫੇ ਪੁੱਜਦੇ ਕਰ ਰਹੇ ਹੈ ਚਰਮਲ ਸਿੰਘ ਜੀ ਮਾਨਕਪੁਰ ਦੀ ਟੀਮ ਦੇ ਵਾਸਤੇ 200 ਦੇ ਮਾਇਆ ਦੇ ਗੱਫੇ ਹੈ ਲਓ ਸੀਪਾ ਮੇਰੇ ਵੀਰੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਚਾਰ ਜਾਫੀ ਬਿਲਕੁਲ ਤਿਆਰ ਪਰ ਤਿਆਰ ਨੇ ਲਓ ਸੰਦੀਪ ਇੱਕ ਪਾਸੇ ਸੰਦੀਪ ਚਿੱਟੀ ਵਾਲਾ ਹੈ ਔਰ ਦੂਸਰੇ ਪਾਸੇ ਸੀਪਾ ਲਓ ਮੁਕਾਬਲਾ ਸਖਤ ਹੋ ਚੁੱਕਿਆ ਹੁਣ ਦੇਖੋ ਵੀ ਕੀ ਬਣੂਗਾ ਹੁਣ ਦੇਖੋ ਵੀ ਕੀ ਬਣਦਾ ਗੱਲ ਕਸੂਤੀ ਹੈ ਕਿ ਕੋਈ ਮੁੱਲ ਨਹੀਂ ਪੈਂਦਾ ਯਾਰੋ ਕਾਰ ਤੁਸ ਚੱਲੇ ਦਾ ਲੱਖ ਲੱਖ ਦੀ ਕੌਡੀ ਤੇ ਜੱਫਾ ਕੱਲੇ ਕੱਲੇ ਦਾ ਉਧਰ ਜੀ ਜਿਸ ਗੱਭਰੂ ਨੇ ਜੱਫਾ ਲਾਇਆ ਸੀਗਾ ਮਾਨਕਪੁਰੀਏ ਨੇ ਉਹਦੇ ਵਾਸਤੇ 100 ਰੁਪਏ ਦੇ ਮਨ ਸਰਵਨ ਮਰੀਕ ਸਿੰਘ ਜੀ ਦੋਨੋਂ ਟੀਮਾਂ ਦੇ ਲਈ 700 ਦੇ ਮਾਇਆ ਦੇ ਗੱਫੇ ਹੈ ਯੋਧਾ ਯੱਟ ਕਹਿੰਦਾ ਵੀ ਜਿਹਨੇ ਜੱਫਾ ਲਾਇਆ ਸੀਗਾ ਉਸ ਗੱਭਰੂ ਦੇ ਵਾਸਤੇ 100 ਦੇ ਮਨ ਸਰਵਨ ਹੈ ਬਹੁਤ ਬਹੁਤ ਧੰਨਵਾਦ ਹੈ ਸੀਪੇ ਨੇ ਜਫਾ ਲਾਇਆ ਵੀ ਹੁਣ ਸੀਪਾ ਕੀ ਨਾਮ ਭਾਜੀ ਜਿਹੜੇ ਮੁੰਡੇ ਨੇ ਹੁਣ ਜਫਾ ਲਾਇਆ ਜਿੰਦਰ ਜਿੰਦਰ ਵਾਸਤੇ ਪੈਸੇ ਫੜ ਲਿਓ 100 ਦੇ ਮਾਨ ਸਨਮਾਨ ਲਾਓ ਮੈਦਾਨ ਦੇ ਵਿੱਚ ਰਵੀ ਦੀ ਪਈ ਕਬੱਡੀ ਹੋਰ ਦੇਖੋ ਬਈ ਪੁਆਇੰਟ ਜੋ ਹੈ ਰਵੀ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਅੰਕ ਦਾ ਜੋ ਹੈ ਵਾਧਾ ਕਰ ਚੁੱਕੇ ਹੈ
ਚੱਲ ਵੀ ਸੋਹਣੇ ਇਧਰਲੇ ਪਾਸੇ ਆਪਾਂ ਫੇਰ ਸੰਦੀਪ ਦੀ ਕਬੱਡੀ ਦੇ ਨਾਲ ਜੁੜਦੇ ਹਾਂ। ਲਓ ਮੈਦਾਨ ਦੇ ਵਿੱਚ ਪਈ ਕਬੱਡੀ ਤੇ ਹੋਰ ਦੇਖਾਂਗੇ ਵੀ ਕੌਣ ਜਫਾ ਲਾਊ, ਕੌਣ ਧੰਨ ਕਰਵਾਊ। ਇਹ ਤੇ ਮੈਦਾਨ ਦੇ ਵਿੱਚ ਪਤਾ ਲੱਗੇਗਾ ਕਿ ਪਹਾੜਾਂ ਨਾਲ ਵੀ ਟਕਰਾਇਆ ਜਾਂਦਾ ਏ, ਸ਼ੁਕਦਿਆ ਤੂਫਾਨਾਂ ਮੂਹਰੇ ਵੀ ਸੀਨਾ ਡਾਹਿਆ ਜਾਂਦਾ ਏ। ਜੇ ਚੁਗਤੀ ਹੋਵੇ ਬਾਜੇ ਖਾਨੇ ਵਾਲਿਆ ਤੇ ਸਮੁੰਦਰ ਵੀ ਕੁੱਜੇ ਚ ਪਾਇਆ ਜਾਂਦਾ ਏ, ਤੇ ਸਮੁੰਦਰ ਵੀ ਕੁੱਜੇ ਚ ਪਾਇਆ ਜਾਂਦਾ ਏ। ਕਿਉਂ ਪ੍ਰਦੀਪ ਸਿੰਘ ਇੱਧਰ ਵੇਖੋ ਨੌਜਵਾਨ ਬੱਬੂ ਪੰਡਿਤ ਇਸ ਵੇ ਮੈਦਾਨ ਦੇ ਵਿੱਚ ਬਹੁਤ ਹੀ ਤਗੜਾ ਜਫਾ ਲਾ ਰਹੇ ਹੈ। ਨੇਕੀ ਚਿੱਟੀ ਵਾਸਤੇ ਸ਼ੀਤਲ ਸਿੰਘ ਜੀ ਕੈਨੇਡਾ ਵਾਲੇ 200 ਦੇ ਮਾਇਆ ਦੇ ਗੱਫੇ ਭੇਜਦੇ, ਬਹੁਤ ਬਹੁਤ ਧੰਨਵਾਦ ਹੈ। ਔਰ ਇਧਰਲੇ ਪਾਸੇ ਕਬੱਡੀ ਆਪਾਂ ਫੇਰ ਜੁੜਦੇ ਹਾਂ, ਲਾਡੀ ਡਾਕਟਰ ਵਾਸਤੇ ਰਵੀ ਦੇ ਵਾਸਤੇ ਲਾਡੀ ਡਾਕਟਰ ਸਾਹਿਬ ਇੱਕ ਸਭ ਦੇ ਮਾਨ ਸਨਮਾਨ ਪੁੱਜਦੇ ਕਰ ਰਹੇ, ਬਹੁਤ ਬਹੁਤ ਧੰਨਵਾਦ ਹੈ। ਲਓ ਸਾਹਮਣੇ ਬਿੱਲਾ 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 ਬਸ ਸੋਹਣਿਆ ਉਧਰ ਯੋਗਾ ਯੂਕੇ ਵਾਲਾ ਲਾਈਵ ਤੱਕ ਰਿਹਾ ਇਹਨਾਂ ਮੈਚਾਂ ਨੂੰ। ਦੀਪਾ ਜਿੰਨੇ ਜਫੇ ਲਾਊਗਾ ਹਰ ਜਫੇ ਦਾ 2000 ਹੋਵੇਗਾ। ਲਓ ਇੱਕ ਪਾਸੇ ਜਿੰਦਰ ਦਫਰ ਦੇ ਕਬੱਡੀ ਕੱਪ ਦਾ ਕਹਿੰਦੇ ਵੀ ਬੈਸਟ ਹੈ, ਔਰ ਦੂਸਰੇ ਪਾਸੇ ਆ ਗਬਰੂ ਨੌਜਵਾਨ ਦੇਖਦੇ ਵੀ ਅੰਗਰੇਜ਼ ਅੰਗਰੇਜ਼। ਇੱਕ ਅੰਗਰੇਜ਼ ਫਿਲਮ ਵੀ ਬੜੀ ਮਸ਼ਹੂਰ ਸੀ, ਕਿਉਂ ਜੀ ਚੌਹਾਨ ਸਾਹਿਬ, ਇੱਕ ਆ ਅੰਗਰੇਜ਼ ਹੈ ਇੱਕ ਉਹ ਅੰਗਰੇਜ਼ ਹੈ ਜਿਨ੍ਹਾਂ ਨੇ ਕਹਿੰਦੇ ਵੀ ਰਾਜ ਦੀ ਗੱਲ ਕੀਤੀ ਹੈ। ਲਓ ਸਾਹਮਣੇ ਉਧਰ ਦੇਖੋ ਵੀ ਨੌਜਵਾਨ ਸਿਪਾ ਵੀਰ ਪਿੰਡੀਆਂ ਕਬੱਡੀ ਪਾ ਰਿਹਾ ਮੈਦਾਨ ਦੇ ਵਿੱਚ ਆਪਾਂ ਵੇਖ ਰਹੇ ਹਾਂ। ਅੰਗਰੇਜ਼ ਬਲਕਾਰ ਦਾ ਜਿਗਰੀ ਯਾਰ ਹੈ, ਅੰਗਰੇਜ਼ ਦੇ ਵਾਸਤੇ ਸੌਦੇ ਮਾਇਆ ਦੇ ਗੱਫੇ ਹੈ। ਲਓ ਇਧਰਲੇ ਪਾਸੇ ਸੰਦੀਪ 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 ਤੇ ਸਿਪਾ ਸਿਪਾ ਤੇ ਸੰਦੀਪ। ਲਓ ਮੇਰੇ ਵੀਰੋ ਹੁਣ ਬਣੀਆਂ ਇੱਕ ਸਾਰ ਜੋੜੀਆਂ, ਹੁਣ ਬਣੀਏ ਲਓ ਹੁਣ ਬਣੀਆਂ ਇੱਕ ਸਾਰ, ਇਹ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਚੌਹਾਨ ਸਾਹਿਬ, ਹੁਣ ਜੋੜੀ ਬਣੀ ਹੈ। ਲਓ ਪੁਆਇੰਟ ਜੋ ਹੈ ਸੰਦੀਪ ਨੇ ਚਿੱਟੀ ਦੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ। ਔਰ ਦੂਸਰੇ ਪਾਸੇ ਹਾਂ ਵੀ ਜੁਗੀ ਲਸੂੜੀ ਵਾਲਿਆ 10ਵੀਂ ਨੌਜਵਾਨ ਲੈ ਬਖਸ਼ੀ ਸਿੰਘ ਦੇ ਪਰਿਵਾਰ ਵੱਲੋਂ ਮਾਨਕਪੁਰ ਦੀ ਟੀਮ ਦੇ ਵਾਸਤੇ 200 ਦੇ ਮਾਇਆ ਦੇ ਗੱਫੇ ਹੈ, ਬਹੁਤ ਬਹੁਤ ਧੰਨਵਾਦ ਹੈ। ਲਓ ਸਾਹਮਣੇ ਪਈ ਕਬੱਡੀ ਤੇ ਹੁਣ ਦੇਖਦੇ ਹਾਂ ਵੀ ਜਿੰਦਰ ਜਿੰਦਰ ਆਏ ਡੱਫਰ ਦੇ ਕਬੱਡੀ ਕੱਪ ਦਾ ਬੈਸਟ ਮੇਰੇ ਵੀਰੋ ਚੌਹਾਨ ਸਾਹਿਬ, ਡੱਫਰ ਦੇ ਜਿਹੜਾ ਕੱਪ ਹੋਇਆ ਸੀਗਾ ਬੈਸਟ ਨੂੰ ਮੈਨੂੰ ਦੱਸਿਓ ਵੀ ਮੋਟਰਸਾਈਕਲ ਸੀਗਾ ਜਾਂ ਕੀ ਸਨਮਾਨ ਸਨ। ਔਰ ਪ੍ਰਦੀਪ ਸਾਡਾ ਵੀਰ ਕਹਿੰਦਾ ਵੀ ਮੋਟਰਸਾਈਕਲ ਦਾ ਜੇਤੂ ਰਿਹਾ। ਲਓ ਸਾਹਮਣੇ ਟੇਕੇ ਧਰਤੀ ਮਾਂ ਨੂੰ ਮੱਥਾ, ਇਧਰਲੇ ਪਾਸੇ ਗੱਭਰੂ ਇਹ ਆ ਬਿੱਲਾ ਮੇਰੇ ਵੀਰੋ ਜਿਹੜਾ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧ ਚੁੱਕਿਆ, ਹੁਣ ਦੇਖਦੇ ਹਾਂ ਵੀ ਕੌਣ ਜਾਫੀ ਟਰਾਈ ਕਰਦਾ। ਪੁਆਇੰਟ ਬਿੱਲਾ ਮਾਨਕਪੁਰ ਦੀ ਟੀਮ ਦੇ ਵਾਸਤੇ ਇੱਕ ਹੋਰ ਅੰਕ ਦਾ ਵਾਧਾ ਕਰਦਾ ਹੋਇਆ ਨਾਮ ਖੇਡ ਕਬੱਡੀ ਵਿੱਚ ਖੱਟਣੇ ਲਈ ਗੱਭਰੂ ਨਿੱਤ ਤਿਆਰੀਆਂ ਕਰਦੇ ਨੇ, ਜੁੱਸੇ ਪਰਖੇ ਜਾਂਦੇ ਜਾਫੀਆਂ ਦੇ, ਹਿੱਕਾ ਤਾਣ ਕੇ ਜਿਹੜੇ ਖੜਦੇ ਨੇ, ਹੁਣ ਦੇਖਦੇ ਵੀ ਹਿੱਕ ਤਾਣ ਕੇ ਖੜੂ। ਲਓ ਸਾਹਮਣੇ ਵੇਖੋ ਪੈ ਗਿਆ ਪੰਗਾ ਸਖਤ, ਇਹ ਆ ਮਾਨਕਪੁਰੀ ਆ। ਉਧਰ ਯੋਧਾ ਜੱਟ ਯੂਕੇ ਵਾਲਾ ਕਹਿੰਦਾ ਜੇ ਮਾਨਕਪੁਰੀ ਆ ਦੀਪਾ ਜਫਾ ਲਾਊਗਾ ਤੇ 2000 ਦੇ ਮਾਨ ਸਨਮਾਨ ਦਿੱਤੇ ਜਾਣਗੇ। ਲਓ ਸਾਹਮਣੇ ਰਵੀ ਪੂਰਨੀਆਂ ਵਾਲਾ ਐਦੀ ਵੀ ਚਰਚਾ ਕਹਿੰਦੇ ਵਟਸਐਪ ਫੇਸਬੁੱਕ ਤੇ ਫੁੱਲ ਰਹੀ ਹੈ। ਲਓ ਸਾਹਮਣੇ ਸੰਦੀਪ ਸੰਦੀਪ ਸੰਦੀਪ, ਇੱਕ ਪਾਸੇ ਸੰਦੀਪ ਹੈ ਔਰ ਦੂਸਰੇ ਪਾਸੇ ਰਵੀ ਹੈ। ਮੁਕਾਬਲਾ ਸਖਤ, ਮੁੰਡਾ ਹੱਥਾਂ ਚ ਤਿਲਕ ਗਿਆ, ਬੱਲੇ 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 ਹੋ ਗਈ ਮਿੱਤਰੋ। ਯੋਧਾ ਜੱਟ ਕਹਿੰਦਾ ਰਵੀ ਵਾਸਤੇ 100 ਰੁਪਏ ਦੇ ਮਾਨ ਸਨਮਾਨ,
ਇਹ ਖੁਸ਼ ਹੋ ਕੇ ਮਾਇਆ ਦੇ ਗੱਫੇ ਭੇ ਰਹਿਣਾ, ਔਰ ਦੂਸਰੇ ਪਾਸੇ ਪ੍ਰਗਟ ਅਗਲੀ ਕਬੱਡੀ ਪਾਰ ਉਧਰ 5000 ਹੋ ਗਿਆ। ਜੇ ਦੀਪਾ ਜਫਾ ਲਾਊਗਾ ਮਾਨਕਪੁਰੀ ਆਈ ਉਹਦੇ ਜੱਟ ਵੱਲੋਂ, ਲਓ ਸਾਹਮਣੇ ਵੇਖੋ ਜਿੰਦਰ ਜਿੰਦਰ, ਇਹ ਆ ਡੱਫਰ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਜੇਤੂ ਜਿਹਨੇ ਹੁਣ ਜਫਾ ਲਾਇਆ। ਜਿੰਦਰ ਇੱਕ ਖਾਨੋ ਵਾਲੀ ਆ, ਜਹਾਜ਼ ਦੇ ਤੌਰ ਤੇ ਜਾਣਿਆ ਜਾਂਦਾ, ਇੱਕ ਆ ਤੁਹਾਡੇ ਸਾਹਮਣੇ ਹੈ। ਸ਼ਿੰਗਾਰਾ ਸਿੰਘ ਜੀ ਇਟਲੀ ਤੇ ਲਾਡੀ ਡਾਕਟਰ ਸਾਹਿਬ ਕਾਰਾ ਤੇ ਦੀਪਾ ਜਿੰਨੇ ਜਫੇ ਲਾਉਣਗੇ ਉਹਨੇ 5-500 ਹੋਣਗੇ। ਲਓ ਸੰਦੀਪ ਨੇ ਟਰਾਈ ਕੀਤੀ ਹੈ, ਇੱਧਰ ਵੇਖੋ ਨੌਜਵਾਨ ਬਿੱਲਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਵਾਸਤੇ। ਮੈਚ ਦੀ ਸਮਾਪਤੀ ਹੈ, ਮੈਚ ਸਮਾਪਤ ਹੋ ਚੁੱਕੀ ਹੈ। ਦੱਸਿਓ ਜੀ ਇਹਦੇ ਵਿੱਚੋਂ ਮਾਨਕਪੁਰ ਦੀ ਟੀਮ ਜੇਤੂ ਰਹੀ ਹੈ, ਮਾਨਕਪੁਰ ਜੇਤੂ ਫਾਈਨਲ। ਦੱਸਿਓ ਜੀ ਕਿਹੜੀ ਟੀਮ ਦੇ ਨਾਲ ਖੇਡਿਆ ਜਾਵੇਗਾ ਮਾਨਕਪੁਰ ਦਾ? ਹਾਂਜੀ ਬਾਜੀ, ਤਲਵੰਡੀ ਚੌਧਰੀਆਂ ਤੇ ਮਾਨਕਪੁਰ ਦੀ ਫਾਈਨਲ ਦੀ ਡਾਂਗ ਖੜਕੂਗੀ। ਲੁਕਣ ਕਿਤੇ ਨੀ ਦੇਣੇ ਦੇਖੀ ਡਾਂਗਾਂ ਖੜਕਦੀਆਂ। ਹਾਂਜੀ ਆ ਬਿੱਲੇ ਵਾਸਤੇ 200 ਰੁਪਇਆ ਖਾਲਸਾ ਜੀ, ਕੀ ਨਾਂ ਆ? ਕੰਮੇ ਕੰਮਾ ਸਾਡਾ ਵੀਰ ਕੰਮਾ ਅਲਾਵਾ ਜੁਗੀ ਲਸੂੜਾ। ਆ ਬਿੱਲੇ ਵਾਸਤੇ ਕੰਮੀ ਵੱਲੋਂ 200 ਰੁਪਏ ਦੇ ਮਾਇਆ ਦੇ ਗੱਫੇ ਹੈ। ਚਿਰਮਲ ਸਿੰਘ ਜੀ, ਚਿਰਮਲ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਹੈ। ਆ ਲੈ ਬਈ ਲਸੂੜੀ ਵਾਲਿਆ ਦੇ ਬਿੱਲੇ ਨੂੰ ਮਾਇਆ ਦੇ ਗੱਫੇ। ਆ ਸਾਰੇ ਪੈਸੇ ਬਾਈ ਜੀ ਜੁਗੀ ਕੋਲੇ ਹੈ, ਰਵੀ ਵੀਰੇ ਜਿਹੜੇ ਤੁਹਾਡੇ ਪੈਸੇ ਹੈ ਇਹ ਨਾਲ ਦੀ ਨਾਲ ਫੜ ਕੇ ਲੈ ਜਾਇਓ। ਲਓ ਮੈਚ ਸ਼ੁਰੂ। ਭਾਜੀ ਹੁਣ ਲਾਸਟ ਮੈਚ ਫਾਈਨਲ ਖੇਡਿਆ ਜਾਊਗਾ ਤੇ ਹੁਣ ਜਿਹੜਾ ਫਾਈਨਲ ਹੈ ਕਿਰਪਾ ਕਰਕੇ ਗਰਾਊਂਡ ਆਪਾਂ ਕਲੀਅਰ ਰੱਖਾਂਗੇ, ਇਹ ਸਾਡੀ ਬੇਨਤੀ ਹੈ। ਹੱਥ ਜੋੜ ਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਾ ਜੀ। ਮਾਨਕਪੁਰ ਤੇ ਤਲਵੰਡੀ ਚੌਧਰੀਆਂ ਦਾ ਫਾਈਨਲ ਮੈਚ ਖੇਡਿਆ ਜਾਊਗਾ। ਮਾਨਕਪੁਰ ਦਾ ਤੇ ਤਲਵੰਡੀ ਚੌਧਰੀਆਂ ਦਾ ਫਾਈਨਲ ਮੈਚ ਖੇਡਿਆ ਜਾਊਗਾ। ਸੋ ਤਲਵੰਡੀ ਚੌਧਰੀਆਂ ਦੀ ਟੀਮ ਨੂੰ ਬੇਨਤੀ ਕਰਦੇ ਆ ਵੀ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜੇਗੀ ਤਲਵੰਡੀ ਚੌਧਰੀਆਂ ਦੀ ਟੀਮ। ਤੇ ਮਾਨਕਪੁਰ ਵਾਲੇ ਵੀ ਥੋੜੀ ਜਿਹੀ ਰਿਸ਼ਤ ਤੋਂ ਬਾਅਦ ਉਹ ਵੀ ਖੇਡ ਗਰਾਊਂਡ ਦੇ ਵਿੱਚ ਪੁੱਜ ਜਾਣਗੇ। ਸੋ ਆਪਾਂ ਬੇਨਤੀ ਕਰਦੇ ਹਾਂ ਵੀ ਇਹ ਫਾਈਨਲ ਮੁਕਾਬਲਾ ਜਿਹੜਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ। ਟਾਈਮ ਮੇਰੇ ਹਿਸਾਬ ਦੇ ਨਾਲ 7:15 ਹੋ ਚੁੱਕੇ ਹੈ। ਪ੍ਰਦੀਪ ਵੀਰ ਏਦਾਂ ਹੀ ਟਾਈਮ ਹੈ 7:15 ਦਾ ਹੀ ਹੈ। ਧੰਨਵਾਦ ਜੀ। 7:15 ਹੋ ਚੁੱਕੇ ਹੈ ਤੇ ਫਾਈਨਲ ਮੁਕਾਬਲਾ ਜਿਹੜਾ ਆਪਾਂ ਜਲਦੀ ਦੇ ਨਾਲ ਸ਼ੁਰੂ ਕਰਕੇ ਫਿਰ ਟਾਈਮਾਂ ਟਾਈਮ ਦੇ ਨਾਲ
ਤਲਵੰਡੀ ਚੌਧਰੀਆਂ, ਤਲਵੰਡੀ ਚੌਧਰੀਆਂ ਤੇ ਮਾਨਕਪੁਰ ਦਾ ਮੁਕਾਬਲਾ ਖੇਡਿਆ ਜਾਵੇਗਾ। ਕਾਰਾ ਸਾਡਾ ਜ਼ਿੰਦਗੀ ਦਾ ਪਿਆਰਾ ਵੀਰ ਹੈ, ਔਰ ਜਿੱਥੇ ਪਾਲੀ ਕਹਿੰਦੇ ਡਬਈ ਦੇ ਵਿੱਚ ਚਲਾ ਗਿਆ, ਪਾਲੀ ਵੀ ਸਾਡਾ ਜ਼ਿੰਦਗੀ ਦਾ ਪਿਆਰਾ ਵੀਰ ਹੈ। ਉਧਰ ਮੇਰੇ ਹਿਸਾਬ ਦੇ ਨਾਲ ਮੁਸਫੇ ਹੈ ਪਰਮਜੀਤ ਸਿੰਘ ਜੀ, ਉੱਪਲ ਸਰਪੰਚ ਸਾਹਿਬ ਐਲਾਨ ਕਰ ਰਹੇ ਨੇ ਮਾਨਕਪੁਰ ਦੇ ਜਿੰਨੇ ਵੀ ਖਿਡਾਰੀ ਜਫੇ ਲਾਉਣਗੇ ਹਰ ਜਫੇ ਤੇ 200 ਹੋਵੇਗਾ। ਸਰਦਾਰ ਪਰਮਜੀਤ ਸਿੰਘ ਜੀ ਉੱਪਲ ਸਰਪੰਚ ਸਾਹਿਬ, ਔਰ ਸਰਪੰਚਾਂ ਦੀ ਗੱਲ ਵੀ ਹੋ ਜਾਂਦੀ ਹੈ ਤੇ ਕਦੇ ਕਦੇ ਅਸੀਂ ਗੱਲ ਵੱਖਰੀ ਕਰਦੇ ਹੁੰਦੇ ਹਾਂ। ਪਿੱਛੇ ਗੀਤਾ 'ਚ ਵੀ ਬੜਾ ਆਇਆ ਸੀ, ਲੈ ਲਾ ਤੂੰ ਸਰਪੰਚੀ, ਹਾਂ ਪਿੰਡ ਦੇ ਕੰਮ ਕਰਾਵਾਂਗੇ, ਆਪਾਂ ਗੱਲ ਹੋਰ ਬਦਲ ਦਿੰਦੇ ਹਾਂ, ਉਹਨਾਂ ਨੇ ਹੋਰ ਕਿਹਾ ਸੀ ਆਪਾਂ ਹੋਰ ਕਦਰ ਦੇ ਦੇ। ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਅਸੀਂ ਤਵਾ ਨਹੀਂ ਲਾ ਸਕਦੇ ਜੀ, ਸਤਿਕਾਰ ਕਰ ਸਕਦੇ ਹਾਂ। ਇੱਕ ਸ਼ੇਰ ਸੀਗਾ ਸਾਡਾ, ਔਰ ਏਦਾਂ ਹੀ ਸਰਪੰਚੀ ਤੇ ਖਿਡਾਰੀਆਂ ਤੇ ਸਾਰੇ ਕੱਸ ਤੇ ਲੈ ਵੀ ਲੱਖੇ ਵੀਰ ਇਹਨੂੰ ਕੈਚ ਕਰ ਲਈ ਤੇ ਆਪਾਂ ਫਿਰ ਇਹਨੂੰ ਵੀ ਵੀਡੀਓ ਕੱਟਾਂਗੇ, ਕਿਉਂਕਿ ਮੈਂ ਆਹ ਜਿਹੜੀ ਚੀਜ਼ ਹੈ ਇਹਦੇ ਵਿੱਚ ਸਾਰਾ ਕੁਛ ਹੀ ਫਿੱਟ ਕੀਤਾ ਹੋਇਆ। ਜੇ ਤੁਹਾਨੂੰ ਸ਼ਾਇਦ ਗੱਲਾਂ ਚੰਗੀਆਂ ਲੱਗੀਆਂ ਤੇ ਜ਼ਰੂਰ ਤਾੜੀ ਥੋੜੀ ਜਿਹੀ ਪਾ ਦਿਓ, ਕਿਉਂਕਿ ਇਹ ਜਿਹੜੀ ਵੀਡੀਓ ਬਣ ਜਾਣੀ ਹੈ ਫਿਰ ਕਲਿੱਪ ਕੱਟ ਲਾਂਗੇ ਆਪਾਂ, ਤੇ ਨਹੀਂ ਫਿਰ ਕਿਸੇ ਹੋਰ ਟੂਰਨਾਮੈਂਟ ਦੀ ਕਲਿੱਪ ਕੱਢਾਂਗੇ। ਕਿਉਂਕਿ ਪ੍ਰਦੀਪ ਸਿੰਘ ਹੈ ਕਿ ਜਿਹੜਾ ਖੇਡ ਕੇ ਕਬੱਡੀ ਪਿੰਡ ਦਾ ਨਾਮ ਰੋਸ਼ਨ ਕਰੇ, ਉਹ ਤੇ ਪੁੱਤ ਛੀਨੀ ਮਾਨ ਦਾ ਬੱਬਰ ਸ਼ੇਰ ਹੁੰਦਾ, ਤੇ ਚੰਗਾ ਕੰਮ ਕਰਨ ਲੱਗੇ ਕਦੇ ਨਾ ਘਾਲੋ ਕਰੀਏ, ਤੇ ਇੱਕ ਵਾਰੀ ਖੁੰਝਾ ਵੇਲਾ ਨਹੀਂ ਆਉਂਦਾ ਮੁੜ ਕੇ ਫੇਰ ਹੁੰਦਾ, ਤੇ ਸਰਬ ਸੰਮਤੀ ਨਾਲ ਜੋ ਹਰ ਵਾਰੀ ਸਰਪੰਚ ਬਣ ਜੇ ਉਹ ਤੇ ਬੰਦਾ ਪਿੰਡ ਚੋਂ ਟੀਸੀ ਵਾਲਾ ਬੇਰ ਹੁੰਦਾ, ਤੇ ਸੁਖਚੈਨ ਬਰਾੜਾ ਆ ਦੁਸ਼ਮਣੀ ਦੀ ਭਾਵਨਾ ਦਿਲ ਵਿੱਚ ਲਈ ਫਿਰਨ ਬਥੇਰੇ, ਤੇ ਊਧਮ ਸਿੰਘ ਵਾਂਗੂ ਨੀ ਵੈਰੀ ਸਾਰਿਆਂ ਤੋਂ ਘੇਰ ਹੁੰਦਾ, ਤੇ ਊਧਮ ਸਿੰਘ ਵਾਂਗੂ ਨੀ ਵੈਰੀ ਸਾਰਿਆਂ ਤੋਂ ਘੇਰ ਹੁੰਦਾ। ਵਾਕਈ ਊਧਮ ਸਿੰਘ ਵਾਂਗੂ ਵੈਰੀ ਸਾਰਿਆਂ ਤੋਂ ਘੇਰ ਨਹੀਂ ਹੁੰਦਾ ਮੇਰੇ ਵੀਰਿਓ, ਕਿਉਂਕਿ ਦਿਲ ਦੇ ਵਿੱਚ ਰੱਖਣਾ ਪੈਂਦਾ ਹੈ, ਫੇਰ ਜਾ ਕੇ ਇਹ ਬਦਲੇ ਦੀ ਭਾਵਨਾ ਜਿਹੜੀ ਲਈ ਜਾਂਦੀ ਹੈ, ਕਿਉਂਕਿ ਊਧਮ ਸਿੰਘ ਨੇ ਪੰਜਾਬੀਆਂ ਦੀ ਜਿਹੜੀ ਪੱਗ ਲੱਥੀ ਸੀ ਉਹਨੂੰ ਸਿਰ ਤੇ ਰੱਖੀ ਹੈ। ਬਾਬਾ ਬਖਸ਼ੀ ਰਾਮ ਜੀ ਬੋਲਣ ਤੋਂ ਖੁਸ਼ ਹੋ ਕੇ 100 ਦੇ ਮਾਇਆ ਦੇ ਗਫੇ ਭੇਜ ਗਏ ਹੈ, ਬਹੁਤ ਬਹੁਤ ਧੰਨਵਾਦ ਹੈ। ਬਲਵੀਰ ਸਿੰਘ ਜੀ ਵਾਲੀਆ ਸਾਹਿਬ ਬੋਲਣ ਤੋਂ ਖੁਸ਼ ਹੋ ਕੇ 100 ਦੇ ਮਾਇਆ ਦੇ ਗਫੇ ਭੇਜ ਗਏ, ਬਹੁਤ ਬਹੁਤ ਧੰਨਵਾਦ ਹੈ। ਸਰਦਾਰ ਮੰਗਲ ਸਿੰਘ ਜੀ ਰਾਜਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ, 1,13,00,000 ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲਾ। ਬਹੁਤ ਬਹੁਤ ਧੰਨਵਾਦ ਰਾਜੇ ਸਾਡੇ ਵੀਰ ਦਾ। ਮੰਗਲ ਸਿੰਘ ਜੀ ਰਾਜਾ ਸਾਹਿਬ ਕਾਫੀ ਮਾਣ ਪਿਆਰ ਭੇਜਦੇ ਆ ਬੋਲਣ ਤੋਂ ਖੁਸ਼ ਹੋ ਕੇ, ਬਹੁਤ ਬਹੁਤ ਧੰਨਵਾਦ ਆ ਜੀ, ਬਹੁਤ ਬਹੁਤ ਸਤਿਕਾਰ, ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਵੀਰ ਤਾਰੇ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰੇ ਪਲੇਅਰ ਪਿੰਡ ਦੇ ਗੋਡਿਆ ਲਓ ਜੀ, ਬਹੁਤ ਬਹੁਤ ਧੰਨਵਾਦ। ਤਲਵੰਡੀ ਚੌਧਰੀਆਂ ਤੇ ਮਾਨਕਪੁਰ ਦੀਆਂ ਟੀਮਾਂ ਆਪਣੀ ਤਿਆਰੀ ਫੜ ਲੈਣ, ਦੋਨੋਂ ਟੀਮਾਂ ਦਾ ਫਾਈਨਲ ਮੈਚ ਤੇ ਚਹਨ ਸਾਹਿਬ ਫਿਰ ਉਸ ਤੋਂ ਬਾਅਦ ਫਤਿਹ ਬੁਲਾ ਦੇਵਾਂਗੇ, ਤੇ ਫਿਰ ਸਾਲ ਬਾਅਦ ਆਪਾਂ ਫਿਰ ਉਡੀਕ ਕਰਾਂਗੇ ਜ਼ਿੰਦਗੀ ਰਹਿ ਗਈ ਤੇ ਜੇ ਰੱਬ ਦੇ ਭਾਣੇ ਬਣ ਗਏ, ਕਿਉਂਕਿ ਰੱਬ ਦੇ ਭਾਣੇ ਤੇ ਰੱਬ ਦੇ ਜਿਹੜੇ ਬੰਦੇ ਮੁਹਤਾਜ ਹੁੰਦੇ ਐ, ਇਹ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਵੀ ਕਿਦੋਂ ਜਿਹੜੀ ਇਹ ਲੜੀ ਟੁੱਟ ਜਾਣੀ ਹੈ ਕਿ ਮੈਂ ਤਿੜਕੇ ਘੜੇ ਦਾ ਪਾਣੀ ਤੇ ਕੱਲ ਤੱਕ ਨਹੀਂ ਰਹਿਣਾ, ਮੈਂ ਤਿੜਕੇ ਘੜੇ ਦਾ ਪਾਣੀ ਤੇ ਕੱਲ ਤੱਕ ਨਹੀਂ ਰਹਿਣਾ।
ਲਓ ਮੇਰੇ ਵੀਰੇ ਪਤਾ ਕੋਈ ਨਹੀਂ ਜ਼ਿੰਦਗੀ ਦਾ ਵੀ ਕਿਹੜੇ ਮੋੜ ਤੇ ਜ਼ਿੰਦਗੀ ਨੇ ਖਤਮ ਹੋ ਜਾਣਾ ਹੈ, ਇਹ ਪਿਆਰ ਤੇ ਸਤਿਕਾਰ ਹੀ ਰਹਿ ਜਾਣਾ ਹੈ। ਆਪਾਂ ਦੋਨੋਂ ਟੀਮਾਂ ਨੂੰ ਸੱਦਾ ਦਿੰਦੇ ਹਾਂ, ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਜਦੋਂ ਦਮਾਲੇ ਵਾਲੇ ਸੱਜਣਾਂ ਨੂੰ ਮਿਲਦੇ ਹੈ ਤੇ ਗੁਰੂ ਸਾਹਿਬ ਦੇ ਜਿਵੇਂ ਕਹਿ ਦਈਏ ਦਰਸ਼ਨ ਹੋ ਜਾਂਦੇ ਆ, ਕਿਉਂਕਿ ਗੁਰੂ ਨੇ ਆਪਣਾ ਸਰੂਪ ਸਿੱਖ ਨੂੰ ਖਾਲਸੇ ਨੂੰ ਪਹਿਲਾਂ ਦੇ ਦਿੱਤਾ ਸੀਗਾ ਕਿ ਮੈਂ ਆਪਣਾ ਸੁੱਤ ਤੋਏ ਨਵਾਜਾ ਮੇਰੇ ਵੀਰ ਗੁਰੂ ਸਾਹਿਬ ਦੇ ਜਿਹੜੇ ਮਹਾਨ ਵਾਕ ਨੇ। ਸੋ ਦੋਨੋਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ। ਉੱਧਰ ਪ੍ਰਗਟ ਸਰਾਂ ਤੇ ਅਟਵਾਲ ਸਾਡਾ ਵੀਰ ਵੀਰ ਪਿੰਡ ਵਾਲਾ ਉਹ ਵੀ ਨੈੱਟ ਦੇ ਨਾਲ ਜੁੜੇ ਹੋਏ ਆ, ਬਹੁਤ ਬਹੁਤ ਧੰਨਵਾਦ ਹੈ। ਇੱਧਰ ਬਾਈ ਨੂੰ ਸਕੂਟਰੀ ਦਿੱਤੀ ਜਾਣੀ ਹੈ, ਤੇਰੇ ਕੋਲੇ ਕਨੈਕਟਿਕ ਤੇ ਸਾਡੇ ਕੋਲੇ ਹੰਡਾ, ਖਿੱਚੀ ਚੱਲ ਸਪੀਡ ਦੇ ਉੱਤੇ ਚੜਦਾ ਜਾਂਦਾ। ਇਹ ਮੇਰਾ ਕੀ ਦੀਆਂ ਦੁੱਗ ਲੈਣਾ ਸੀਗੀਆਂ ਪਰ ਮੈਂ ਜ਼ਿਆਦਾ ਸਾਹਮਣੇ ਨਹੀਂ ਆਉਂਦਾ, ਫੇਸਬੁੱਕ ਤੇ ਮੈਂ ਚਾਰ ਕੁ ਦਿਨ ਸੈਡ ਸੌਂਗ ਲਿਖ ਕੇ ਪਾਤੇ। ਉਹ ਮੈਨੂੰ ਕਹਿਣ ਲੱਗ ਗਏ ਭਾਜੀ ਤੁਹਾਨੂੰ ਸ਼ੂਟ ਨਹੀਂ ਕਰਦੀਆਂ ਗੱਲਾਂ। ਮੈਂ ਕਿਹਾ ਭਾਜੀ ਆਪਾਂ ਨਹੀਂ ਲਿਖਦੇ, ਆਪਾਂ ਉਸ ਤੋਂ ਬਾਅਦ ਡਾਇਰੀ ਤੇ ਲਿਖਿਆ ਪਿਆ ਬਹੁਤ ਕੁਛ ਹੈ ਪਰ ਮੈਂ ਉਹ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਬਾਈ ਜੀ ਜਿਹੜਾ ਰਾਈਟਰ ਹੁੰਦਾ ਉਹਦੇ ਖਿਆਲ ਜਿਹੜੇ ਆ ਅਲੱਗ ਅਲੱਗ ਹੋ ਜਾਂਦੇ ਹੈ। ਭਾਜੀ ਇੱਧਰ ਸਰਪੰਚ ਸਾਹਿਬ ਪਰਮਜੀਤ ਸਿੰਘ ਜੀ ਪੁਲਿਸ ਸਾਹਿਬ ਦੇ ਨਾਂ ਤੇ ਬੜੇ ਖੁਸ਼ ਨੇ, ਬਹੁਤ ਬਹੁਤ ਧੰਨਵਾਦ ਆ। ਸਾਡੇ ਵੀਰ ਰਾਜਾ ਜੀ ਬਲਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ, ਕਿਉਂਕਿ ਆਹ ਜਿਹੜਾ ਗਰਾਊਂਡ ਆਣਾ ਸੀ ਇਹਨੂੰ ਮੱਥਾ ਟੇਕ ਕੇ ਵੜਦੇ ਹਾਂ। ਸੋ ਪਲੀਜ਼ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ, ਤੁਸੀਂ ਇੱਧਰ ਆ ਜਾਓ, ਮੈਨੂੰ ਪੈਸਿਆਂ ਦੀ ਲੋੜ ਨਹੀਂ, ਮੈਨੂੰ ਪਿਆਰ ਦੀ ਲੋੜ ਆ, ਤੁਸੀਂ ਬੈਠ ਜਾਓ, ਕਿਉਂਕਿ ਗਰਾਊਂਡ ਦੇ ਕਈ ਵਾਰ ਪਲੇਅਰਾਂ ਦੀ ਸੱਟ ਵੱਜ ਜਾਂਦੀ ਆ ਤੇ ਆਪਾਂ ਆਹ ਗਰਾਊਂਡ ਦੇ ਵਿੱਚ ਮੈਂ ਬੇਨਤੀ ਕਰਦਾ ਵੀ ਕੋਈ ਨਸ਼ਾ ਕਰਕੇ ਨਾ ਆਵੇ, ਅਸੀਂ ਮੱਥਾ ਟੇਕ ਕੇ ਵੜਦੇ ਹਾਂ, ਅਰਦਾਸ ਕਰਕੇ ਵੜਦੇ ਹਾਂ, ਮਾਲਕਾ ਜਿੰਨੇ ਵੀ ਪਲੇਅਰ ਆਉਂਦੇ ਆ ਕਿਸੇ ਦੇ ਫੁੱਲ ਚ ਨਹੀਂ ਸੱਟ ਨਾ ਲੱਗੇ ਤੇ ਸਾਰੇ ਖਿਡਾਰੀ ਹੱਸਦੇ ਖੇਡਦੇ ਜਾਣ, ਇਹ ਸਾਡੀ ਬੇਨਤੀ। ਮੈਂ ਇੱਥੇ ਰੁਕਦਾ ਨਾ ਦੋ ਮਿੰਟ ਵਾਸਤੇ, ਮੱਥਾ ਟੇਕਦਾ ਤੇ ਮੈਂ ਇਹੀ ਬੇਨਤੀ ਕਰਦਾ ਉਹਨਾਂ ਵੀ ਮਾਲਕਾ ਤੰਦਰੁਸਤੀ ਬਖਸ਼ੀ। ਤਲਵੰਡੀ ਚੌਧਰੀਆਂ ਦੀ ਟੀਮ ਪੁੱਜ ਗਈ ਆ, ਸਮਾਨਕਪੁਰ ਦੀ ਟੀਮ ਜਲਦੀ ਪੁੱਜੇ, ਮਾਨਕਪੁਰ ਦੀ ਟੀਮ, ਮਾਨਕਪੁਰ ਦੀ ਟੀਮ ਜਲਦੀ ਪੁੱਜੇ। ਆ ਵੀ ਹੀਰੇ ਭਾਈ ਕੀ ਹਾਲ ਹੈ, ਲੈ ਵੀ ਪ੍ਰਦੀਪ ਭਾਈ ਇੱਧਰ ਵੀ ਮਾਰ ਕੇ ਨਾ ਫੋਟੋ ਸਾਡੀ ਖਿੱਚੋ, ਪਾਈਏ ਫੇਸਬੁੱਕ ਤੇ ਗੱਲ ਨੂੰ, ਆਪਣੇ ਵਾਲੇ ਪੇਜ ਤੇ ਚਾੜਾਂਗੇ। ਆ ਵੀ ਸੋਹਣਿਆ ਮਾਨਕਪੁਰ ਦੀ ਟੀਮ ਜਲਦੀ ਆ ਜੇ, ਕਿਉਂਕਿ ਪਿਛਲੇ ਮੈਚ ਚ ਅਮਨਵੀਰ ਦੇ ਬਾਈ ਹੀਰਾ ਦੱਸ ਰਹੇ ਆ ਵੀ ਥੋੜੀ ਸੱਟ ਲੱਗ ਗਈ, ਸੋ ਥੋੜਾ ਜਿਹਾ ਉਹਨੂੰ ਦਿਖਾਉਣਾ ਵੀ ਸੱਟ ਥੋੜੀ ਜ਼ਿਆਦੇ ਹੈ, ਕਿਉਂਕਿ ਇੱਕ ਆਹ ਦਰਸ਼ਕਾਂ ਦੇ ਪਿਆਰ ਕਰਕੇ ਕਹਿੰਦੇ ਬਾਈ ਅਸੀਂ ਖੜੇ ਆ, ਨਹੀਂ ਸ਼ਾਇਦ ਉਹਨੂੰ ਚਲੇ ਜਾਂਦੇ, ਕਿਉਂਕਿ ਪਲੇਅਰ ਦੇ ਪਿਛਲੇ ਮੈਚ ਤੁਹਾਨੂੰ ਪਤਾ ਥੋੜੀ ਸੱਟ ਲੱਗੀ ਆ, ਇਹਨਾਂ ਨੇ ਜਾ ਕੇ ਡਾਕਟਰ ਨੂੰ ਵੀ ਦਿਖਾਉਣਾ ਹੈ। ਕਿਰਪਾ ਕਰਕੇ ਮਾਨਕਪੁਰ ਦੀ ਟੀਮ ਆ ਜਿਹੜੀ ਜਲਦੀ ਪੁੱਜੇ ਤਾਂ ਕਿ ਆਪਾਂ ਵੇਲੇ ਦੇ ਨਾਲ ਜਿਹੜਾ ਮੈਚ ਕਰਵਾ ਸਕੀਏ ਤੇ ਉਹ ਪਲੇਅਰ ਸੱਚੇ ਪਾਤਸ਼ਾਹ ਮੈਂ ਅਰਦਾਸ ਕਰਦਾ ਵੀ ਉਸ ਪਲੇਅਰ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਮਾਲਕ, ਸੱਟਾਂ ਫੇਟਾਂ ਤੋਂ ਬਚਾਈ ਰੱਖੇ, ਕਿਉਂਕਿ ਇਹ ਜਿਹੜੀ ਕਬੱਡੀ ਹੈ ਇਹਦੇ ਵਿੱਚ ਅਕਸਰ ਥੋੜੀਆਂ ਸੱਟਾਂ ਲੱਗ ਜਾਂਦੀਆਂ। ਤੇ ਮੇਰੇ ਵੀਰ ਮਾਲਕ ਆਪਾਂ ਤੇ ਅਰਦਾਸ ਕਰ ਸਕਦੇ ਹਾਂ ਕਿ ਜੋ ਬਾਤ ਦਵਾਸੇ ਨਹੀਂ ਹੋਤੀ ਵੋ ਬਾਤ ਦਵਾਸੇ ਹੋਤੀ ਹੈ, ਜਬ ਕਾਬਲ ਮੁਰਸ਼ਦ ਮਿਲਤਾ ਹੈ ਤੋ ਬਾਤ ਖੁਦਾ ਸੇ ਹੋਤੀ ਹੈ। ਸਰਪੰਚ ਸਾਹਿਬ ਜਿਹੜੀ ਗੱਲ ਦਵਾਈ ਦੇ ਨਾਲ ਨਹੀਂ ਬਣਦੀ
ਉਹ ਰੱਬ ਦੀ ਅੱਗੇ ਅਰਦਾਸ ਕਰਕੇ ਗੱਲ ਬਣ ਜਾਂਦੀ ਆ। ਮੈਂ ਕੈਂਸਰ ਵਾਲੇ ਬੰਦੇ ਠੀਕ ਹੁੰਦੇ ਦੇਖੇ ਆ, ਇਹ ਸੱਚਾਈ ਆ। ਅਰਦਾਸ ਉਸ ਮਾਲਕ ਦੇ ਚਰਨਾਂ ਵਿੱਚ, ਉਹ ਮਰਿਆਂ ਦੇ ਵਿੱਚ ਸਾਹ ਪਾਉਣ ਵਾਲਾ ਹੈ ਮੇਰੇ ਵੀਰਿਓ, ਉਹ ਤਖਤ ਤੇ ਉਹ ਬਿਠਾਉਣ ਵਾਲਾ ਹੈ ਤੇ ਰਾਜਿਆਂ ਨੂੰ ਕਹਿੰਦੇ ਥੱਲੇ ਲਾਉਣ ਵਾਲਾ ਉਹ ਮਾਲਕ ਹੈ, ਉਹ ਤੋਂ ਡਰ ਕੇ ਰਹਿਣਾ ਚਾਹੀਦਾ। ਸੋ ਸੱਚੀ ਗੱਲ ਇਹ ਆ ਵੀ ਮੈਂ ਮਾਨਕਪੁਰ ਦੀ ਟੀਮ ਨੂੰ ਇੱਕ ਵਾਰੀ ਫੇਰ ਸਦਾ ਦਿੰਦਾ, ਇਹ ਟੀਮ ਜਲਦੀ ਪੁੱਜੇ। ਬਾਬਾ ਜੀ ਕਿਹੜੇ ਬਾਬਾ ਜੀ, ਕੀ ਨਾਂ? ਅੱਛਾ, ਜਿਹੜਾ ਕਿਰਾਇਆ ਲੈਣਾ, ਜਿਹੜਾ ਸਾਡਾ ਵੀਰ ਕਿਰਾਇਆ ਦੇ ਰਿਹਾ ਬਾਬਾ ਜੀ, ਜੋ ਵੀ ਇਹ ਸਤਿਕਾਰਯੋਗ ਸੱਜਣ ਨੇ ਉਹਨਾਂ ਨੂੰ ਪਲੇਅਰ ਸਟੇਜ ਤੇ ਵੇਟ ਕਰ ਰਹੇ ਆ ਆ ਕੇ ਮਿਲਣ ਜੀ। ਮਾਨਕਪੁਰ ਦੀ ਟੀਮ ਆ ਗਈ ਜੀ, ਮਾਨਕਪੁਰ, ਮਾਨਕਪੁਰ ਦੀ ਟੀਮ ਜਲਦੀ ਪੁੱਜੇ, ਮਾਨਕਪੁਰ, ਮਾਨਕਪੁਰ ਦੀ ਟੀਮ ਨੂੰ ਬੇਨਤੀ ਹੈ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜੇ। ਹਾਂਜੀ ਭਾਜੀ, ਦੀਪੇ ਬਾਈ ਤੇਰੇ ਫੈਨ ਤੈਨੂੰ ਉੱਧਰ ਬੁਲਾਈ ਜਾਂਦੇ ਆ, ਦੀਪੇ ਦੇ ਫੈਨ ਬਹੁਤ ਆ। ਸੱਚਾਈ ਇਸ ਗੱਲ ਦੀ ਮੈਂ ਸੱਚੀ ਗੱਲ ਕਹਿਣਾ, ਗਰਾਊਂਡ 'ਚ ਮੈਂ ਝੂਠ ਨਹੀਂ ਬੋਲ ਰਿਹਾ। ਲੀਗ ਦੇ ਮੈਚ ਜਦੋਂ ਅਸੀਂ ਜਲੰਧਰ ਆਪਣਾ ਸੌਰੀ ਲੁਧਿਆਣੇ ਬੋਲਣ ਗਏ ਸੀਗੇ ਤੇ ਉੱਥੇ ਸਾਡੇ ਕੋਲ ਇੱਕ ਵੀਰ ਆਇਆ, ਕਹਿੰਦਾ ਬਾਈ ਮੈਂ ਤੈਨੂੰ ਫੇਸਬੁੱਕ ਤੇ ਬਹੁਤ ਵੇਣਾ, ਕਹਿੰਦਾ ਬਾਈ ਮੈਂ ਤੇਰਾ ਫੈਨ ਆ। ਸੱਚਾਈ ਹੈ, ਮੈਂ ਕੋਲੇ ਸੀਗਾ ਤੇ ਮੈਂ ਉਹ ਮੈਚ ਬੋਲ ਰਿਹਾ ਸੀਗਾ ਤੇ